ਸਰੋ बोलो थोड़ा जा आ जा मेरा वीर थोड़ा जा पीछे मेरा वीर करमेल जी ले आगे मड़ा सामने पीछे आऊंगा सीधा आप तो बना लो ਅੱਜ ਅਸੀਂ ਆਪਣੇ ਸਾਥੀ ਇੰਦਰਜੀਤ ਜੀਰਾ ਜੀ ਦੇ
ਸਸਕਾਰ ਤੇ ਆਏ ਆ। ਇਹਨਾਂ ਦੇ ਜਾਣ ਨਾਲ ਪਾਰਟੀ ਨੂੰ, ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ। ਸੀਐਮ ਸਾਹਿਬ ਨੇ ਸਪੈਸ਼ਲੀ ਭੇਜਿਆ ਮੇਰੇ ਵੱਲੋਂ ਜਾ ਕੇ, ਪਰਿਵਾਰ ਨਾਲ ਅਫਸੋਸ ਕਰਿਓ, ਉਹਨਾਂ ਦਾ ਦੁੱਖ ਸਾਂਝਾ ਕਰਿਓ। ਸੋ ਅਸੀਂ ਆਏ ਹਾਂ, ਮੇਰੇ ਨਾਲ ਸੁਖਵਿੰਦਰ ਸਿੰਘ ਸਰਕਾਰੀਆ ਸਾਹਿਬ, ਮਿਨਿਸਟਰ ਸਾਹਿਬ, ਸੱਚਰ ਸਾਹਿਬ, ਸਾਡੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਅਸੀਂ ਸਾਰੇ ਆਏ ਹਾਂ। ਸੁਖਜਿੰਦਰ ਸਿੰਘ ਰੰਧਾਵਾ, ਸਾਰੇ MLA ਸਾਹਿਬ ਆਏ ਨੇ, ਦਰਸ਼ਨ ਸਿੰਘ ਬਰਾੜ ਜੀ ਨੇ, ਹੋਰ ਵੀ MLA ਸਾਹਿਬ ਆਏ ਨੇ। ਸੋ ਸਾਰੇ ਅਸੀਂ ਪਾਰਟੀ ਵੱਲੋਂ ਇੱਥੇ ਹਾਜ਼ਰੀ ਲਾਉਣ ਆਏ ਹਾਂ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਾਂ। ਸਤਿ ਸ਼੍ਰੀ ਅਕਾਲ। ਅੱਜ ਸਰਦਾਰ ਇੰਦਰਜੀਤ ਸਿੰਘ ਜੀ ਜੀਰਾ, ਜਿਨ੍ਹਾਂ ਨੇ ਸਿੱਖ ਕੌਮ ਅਤੇ ਖਾਸ ਕਰਕੇ ਪੋਲੀਟਿਕਸ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਸੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਲੈ ਕੇ ਅਤੇ ਕਾਂਗਰਸ ਦੇ ਸਫ਼ਰ ਤੱਕ ਇੱਕ ਬੇਦਾਗ ਸ਼ਖਸੀਅਤ, ਅੱਜ ਸਾਡੇ ਤੋਂ ਚਲੇ ਗਏ ਨੇ। ਔਰ ਜਿੱਥੇ ਜੀਰਾ ਪਰਿਵਾਰ ਨੂੰ, ਕੁਲਵੀਰ ਨੂੰ, ਪ੍ਰਭ ਨੂੰ ਜਿੱਥੇ ਬਹੁਤ ਵੱਡਾ ਘਾਟਾ ਪਿਆ, ਉੱਥੇ ਖਾਸ ਤੌਰ 'ਤੇ ਮੈਨੂੰ ਆਪਣੇ ਆਪ ਨਿੱਜੀ ਤੌਰ 'ਤੇ ਵੀ, ਮੇਰੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ, ਮੇਰੇ ਪਿਤਾ ਜੀ ਨਾਲ ਬਹੁਤ ਸੀਗਾ ਅਤੇ ਮੇਰੇ ਪਰਿਵਾਰ ਨਾਲ ਵੀ ਉਹਨਾਂ ਬਹੁਤ ਪਿਆਰ ਸੀ। ਜਿਸ ਵੇਲੇ ਬਿਮਾਰ ਹੁੰਦੇ ਆ, ਉਸ ਟਾਈਮ ਵੀ ਮੈਂ ਆਉਂਦਾ ਰਿਹਾ ਜਾਂ ਉਹਦੇ ਤੋਂ ਪਹਿਲਾਂ ਮਿਲਦੇ ਰਹੇ ਹਾਂ। ਅਤੇ ਇਹੋ ਜਿਹੀਆਂ ਸ਼ਖਸੀਅਤਾਂ ਦਾ ਦੁਨੀਆਂ 'ਚ ਆਉਣਾ ਅਤੇ ਚਲੇ ਜਾਣਾ, ਜਿਹੜਾ ਜਦੋਂ ਆਉਂਦੇ ਨੇ ਅਤੇ ਬਹੁਤ ਆਪਣੀ ਜ਼ਿੰਦਗੀ 'ਚ ਕੰਮ ਕਰਕੇ ਜਾਂਦੇ, ਜਦੋਂ ਜਾਂਦੇ ਨੇ ਅਤੇ ਆਪਣੀਆਂ ਯਾਦਾਂ ਛੱਡ ਕੇ ਜਾਂਦੇ ਨੇ, ਅੱਜ ਉਹਨਾਂ ਦੀਆਂ ਯਾਦਾਂ ਸਾਡੇ ਕੋਲ ਨੇ। ਉਹਨਾਂ ਦੇ ਕੰਮ, ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਲਗਨ, ਅਤੇ ਇਹੋ ਹੀ ਗੁਰੂ ਅੱਗੇ ਅਰਦਾਸ ਕਰਾਂਗੇ ਕਿ ਉਹਨਾਂ ਦੇ ਪਰਿਵਾਰ ਨੂੰ, ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ, ਔਰ ਉਹਨਾਂ ਦੇ ਜਿਹੜਾ ਰਸਤਾ ਜਿਹੜਾ ਦਿਖਾ ਕੇ ਗਈ ਸੱਚਾਈ ਦਾ, ਉਹਦੇ 'ਤੇ ਚੱਲਣ ਦਾ ਸਾਰੀ ਕੋਸ਼ਿਸ਼ ਕਰਾਂਗੇ।